ਗੜਸ਼ੰਕਰ ਦੇ ਬੰਗਾ ਚੌਂਕ 'ਚ ਸਥਿਤ ਇੱਕ ਬੇਕਰੀ ਦੀ ਦੁਕਾਨ ਨੂੰ ਬੀਤੀ ਰਾਤ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਅੰਦਰ ਲੱਗੇ 2 AC, ਲਾਈਟਾਂ, ਕੈਬਨਾਂ ਵਿੱਚ ਪਈਆਂ ਚਾਕਲੇਟਾਂ ਅਤੇ ਵੱਡੀ ਮਾਤਰਾ ਵਿੱਚ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਦੁਕਾਨ ਮਾਲਕ ਰਾਜਕੁਮਾਰ ਰਾਣਾ ਨੇ ਦੱਸਿਆ ਕਿ ਉਹ ਬੀਤੀ ਰਾਤ ਤਕਰੀਬਨ 10 ਵਜੇ ਦੁਕਾਨ ਬੰਦ ਕਰਕੇ ਘਰ ਗਿਆ ਸੀ, ਜਿਸ ਤੋਂ ਕੁਝ ਸਮੇਂ ਬਾਅਦ ਦੁਕਾਨ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਾਪਰ ਗਈ। ਅੱਗ ਕਾਰਨ ਉਹਨਾਂ ਦਾ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸ਼ੰਕਰ ਤੋਂ ਰਾਤ 11 ਵਜੇ ਦੁਕਾਨ ਨੂੰ ਅੱਗ ਲਾ ਕੇ ਅਸੀਂ 5-6 ਮੁੰਡਿਆਂ ਨੇ ਬੜੀ ਜ਼ੋਰ ਨਾਲ ਅੱਗ ਨੂੰ ਬੁਝਾਇਆ। ਨੁਕਸਾਨ ਸਾਡਾ 2 AC ਅਤੇ ਬਾਕੀ ਬਿਸਕੁਟ ਚੋਕਲੇਟ 1.5-2 ਲੱਖ ਦਾ ਸਾਡਾ ਨੁਕਸਾਨ ਹੋਇਆ ਹੈ ਅਤੇ ਬਹੁਤ ਮੁਸ਼ਕਿਲ ਅੱਗ ਨੂੰ ਕਾਬੂ ਕੀਤਾ ਜੀ ਅਸੀਂ।